ਬਹੁਤ ਸਾਰੇ ਇਲਾਕਿਆਂ 'ਚ ਪੂਰੇ ਮਾਨਸਾ ਜ਼ਿਲ੍ਹੇ ਦੇ ਵਿੱਚ ਯਾਨੀ 6.5-6-7 ਘੰਟੇ ਆ ਜਿਹੜੀ ਲਾਈਟ ਆ ਜਿਹੜੀ ਉਹ ਮੋਟਰ ਨੂੰ ਦਿੱਤੀ ਜਾਂਦੀ ਹੈ, ਘੰਟਾ ਡੇਢ ਘੰਟਾ ਹਰੇਕ ਫੀਡਰ 'ਚ ਲਾਈਟ ਆ ਜਿਹੜੀ ਉਹ ਕੱਟ ਕਰ ਦਿੱਤੀ ਜਾਂਦੀ ਹੈ। ਸਾਡੀ ਜ਼ੋਰਦਾਰ ਮੰਗ ਹੈ ਕਿ ਇਹਨੂੰ ਪੂਰਾ ਕੀਤਾ ਜਾਵੇ। ਧਰਨੇ ਦੌਰਾਨ ਅਸੀਂ ਇਹ ਮੰਗ ਜ਼ੋਰ ਨਾਲ ਉਠਾਵਾਂਗੇ, ਜੇਕਰ ਸਰਕਾਰ ਨੇ ਸਾਡੀ ਮੰਗ 'ਤੇ ਗੌਰ ਨਾ ਕੀਤਾ ਤਾਂ ਅੰਦੋਲਨ ਆਉਣ ਵਾਲੇ ਦਿਨਾਂ 'ਚ ਤਿੱਖਾ ਹੋਊਗਾ। ਕਿਸਾਨੋਂ ਕੀ ਮੁਸ਼ਕਲੇ ਕਮ ਹੋਣੇ ਕਾ ਨਾਮ ਨਹੀਂ ਲੈ ਰਹੀ, ਏਕ ਔਰ ਕਿਸਾਨ ਅੰਦੋਲਨ ਔਰ ਦੂਸਰੀ ਔਰ ਧਾਨ ਕਾ ਸੀਜ਼ਨ। ਅਬ ਕਿਸਾਨੋਂ ਕੇ ਸਾਹਮਣੇ ਬਿਜਲੀ ਕੀ ਸਮੱਸਿਆ ਆ ਖੜੀ ਹੋਈ ਹੈ। ਕਿਸਾਨੋਂ ਕਾ ਕਹਿਣਾ ਹੈ ਕਿ ਟਿਊਬਵੈਲ ਚਲਾਨੇ ਕੇ ਲੀਏ ਉਨ੍ਹੇ 8 ਘੰਟੇ ਕੀ ਸਪਲਾਈ ਦੀ ਜਾਤੀ ਹੈ, ਲੇਕਿਨ ਅਬ ਬਿਜਲੀ ਵਿਭਾਗ ਯਹ ਵੀ ਪੂਰੀ ਨਹੀਂ ਕਰ ਰਹਾ, ਜਿਸਸੇ ਫਸਲ ਕਾ ਕਾਫੀ ਨੁਕਸਾਨ ਹੋ ਰਹਾ ਹੈ। ਕਿਸਾਨੋਂ ਕਾ ਕਹਿਣਾ ਹੈ ਕਿ ਸਮੱਸਿਆ ਕਾ ਸਮਾਧਾਨ ਕਰਵਾਨੇ ਕੇ ਲੀਏ ਬਿਜਲੀ ਬੋਰਡ ਦਫ਼ਤਰ ਕੇ ਬਾਹਰ ਧਰਨਾ ਪ੍ਰਦਰਸ਼ਨ ਕੀਆ ਜਾਏਗਾ। ਜੋ ਅੱਜ ਝੋਨੇ ਦੀ ਲਵਾਈ ਦਾ ਸੀਜ਼ਨ ਜ਼ੋਰਾਂ 'ਤੇ ਹੈ ਔਰ ਕੜਾਕੇ ਦੀ ਗਰਮੀ ਹੈ ਜਿਹੜੀ ਪੈ ਰਹੀ ਹੈ ਔਰ ਝੋਨੇ ਨੂੰ ਦੀ ਫਸਲ ਨੂੰ ਬਚਾਉਣ ਦੇ ਲਈ ਪਾਣੀ ਜ਼ਰੂਰੀ ਹੈ। ਪਾਣੀ ਹੈ ਜਿਹੜਾ ਉਹ ਜ਼ਿਆਦਾਤਰ ਟਿਊਬਵੈਲਾਂ ਨਾਲ ਹੀ ਦਿੱਤਾ ਜਾ ਰਿਹਾ ਹੈ। ਟਿਊਬਵੈਲਾਂ ਨੂੰ ਚਲਾਉਣ ਵਾਸਤੇ ਬਿਜਲੀ ਦੀ ਲੋੜ ਹੈ, ਬਿਜਲੀ ਪਰ ਸਰਕਾਰ ਵੱਲੋਂ ਪੂਰੀ ਦਿੱਤੀ ਨਹੀਂ ਜਾ ਰਹੀ। ਸਾਡੀ ਜਥੇਬੰਦੀ 16 ਘੰਟੇ ਬਿਜਲੀ ਦੀ ਲਾਈਟ ਦੀ ਮੰਗ ਕਰਦੀ ਹੈ ਖੇਤੀ ਮੋਟਰਾਂ ਲਈ, ਪਰ ਸਰਕਾਰ ਨੇ ਜੋ ਆਪਦਾ ਸ਼ਡਿਊਲ ਬਣਾਇਆ ਕਿ ਹਰ ਫੀਡਰ ਦੇ ਵਿੱਚ 8 ਘੰਟੇ ਲਾਈਟ ਆ ਜਿਹੜੀ ਉਹ ਖੇਤੀ ਮੋਟਰਾਂ ਨੂੰ ਦਿੱਤੀ ਜਾਊਗੀ, 8 ਦੀ ਬਜਾਏ ਬਹੁਤ ਸਾਰੇ ਇਲਾਕਿਆਂ 'ਚ ਪੂਰੇ ਮਾਨਸਾ ਜ਼ਿਲ੍ਹੇ ਦੇ ਵਿੱਚ ਯਾਨੀ 6.5-6-7 ਘੰਟੇ ਆ ਜਿਹੜੀ ਲਾਈਟ ਆ ਜਿਹੜੀ ਉਹ ਮੋਟਰ ਨੂੰ ਦਿੱਤੀ ਜਾਂਦੀ ਹੈ, ਘੰਟਾ ਡੇਢ ਘੰਟਾ ਹਰੇਕ ਫੀਡਰ 'ਚ ਲਾਈਟ ਆ ਜਿਹੜੀ ਉਹ ਕੱਟ ਕਰ ਦਿੱਤੀ ਜਾਂਦੀ ਹੈ। ਸਾਡੀ ਜ਼ੋਰਦਾਰ ਮੰਗ ਹੈ ਕਿ ਇਹਨੂੰ ਪੂਰਾ ਕੀਤਾ ਜਾਵੇ। ਅਸੀਂ ਇਸ ਮੰਗ ਨੂੰ ਲੈ ਕੇ ਕੱਲ੍ਹ ਨੂੰ ਬਿਜਲੀ ਬੋਰਡ ਦੇ ਐਕਸ਼ੀਅਨ ਦਫ਼ਤਰ ਮਾਨਸਾ ਅੱਗੇ ਜਿਹੜਾ ਧਰਨਾ ਦੇ ਰਹੇ ਹਾਂ। ਧਰਨੇ ਦੌਰਾਨ ਅਸੀਂ ਇਹ ਮੰਗ ਜ਼ੋਰ ਨਾਲ ਉਠਾਵਾਂਗੇ, ਜੇਕਰ ਸਰਕਾਰ ਨੇ ਸਾਡੀ ਮੰਗ 'ਤੇ ਗੌਰ ਨਾ ਕੀਤਾ ਤਾਂ ਅੰਦੋਲਨ ਆਉਣ ਵਾਲੇ ਦਿਨਾਂ 'ਚ ਤਿੱਖਾ ਹੋਊਗਾ। ਬਤਾ ਦੇ ਕਿ ਦਿੱਲੀ ਕੀ ਸਰਹੱਦੋਂ ਪਰ ਕਿਸਾਨ ਡਟੇ ਹੋਏ ਹੈ। ਅਬ ਕਿਸਾਨੋਂ ਕੋ ਇਸ ਸਮੱਸਿਆ ਕਾ ਸਾਹਮਣਾ ਕਰਨਾ ਪੜ ਰਹਾ ਹੈ। ਅਬ ਦੇਖਣਾ ਹੋਗਾ ਕਿ ਬਿਜਲੀ ਕੀ ਸਮੱਸਿਆ ਕਾ ਸਮਾਧਾਨ ਸਰਕਾਰ ਵ ਵਿਭਾਗ ਕੀ ਔਰ ਸੇ ਕਬ ਕੀਆ ਜਾਤਾ ਹੈ। ਬਿਊਰੋ ਰਿਪੋਰਟ, D5 ਚੈਨਲ, ਹਿੰਦੀ।